ਅਕਬਰ ਦੇ ਜ਼ਖਾਮ ਨਵਾਜ਼ ਤਾਈ ਕਿਰਦਾਰ ਦੇ ਅਕਬਰ ਕਰ ਸਕੋ ਉਹਦੇ ਨਕਸ਼ ਕਦਮ ਤੇ ਕੌਮ ਦਾ ਤੂੰ ਹਰ ਸ਼ਖਸ ਜਵਾਨ ਟੁਰੇ ਰਾਮ ਜਿਤਨੇ ਅਜ਼ਾਦਾਰ ਰੋਂਦੇ ਪਏ ਆਏ ਤਾਂ ਸਾਰੇ ਰੋਵਣੋ ਉਹਦਾ ਵਾਸਤਾ ਦੇਂਦਾ ਬੀਆਂ ਜਿਹਦੇ ਆਸਰੇ ਤੇ ਧੀਆਂ ਅਲੀ ਦੀਆਂ ਵਤਨ ਤੋਂ ਟੁਰੀਆਂ ਬਿਨ ਬਾਜ਼ੂ ਝੜਨਾ ਸਾਡੇ ਪਰਦਿਆਂ ਤੇ ਮਾਸ਼ਰ ਤੋਣੀ ਉਹਦੇ ਅਲਮ ਦਾ ਪਾਰਾ ਲਈ ਰਾਮ ਆਖਰੀ ਦੁਆ ਜਿਹਦਾ ਵਾਸਤਾ ਅੱਲਾ ਖਾਲੀ ਨਹੀਂ ਵਲੈਂਦਾ ਅੱਲਾ ਜਾਣੇ ਇਤਨੇ ਪਿੰਡਾਂ ਵਿੱਚ ਬੰਦਾ ਕਿਹੜੇ ਜਿਹਦੀ ਬੇਵਸ ਢਾ ਨਹੀਂ ਨਿਕਲਦੀ ਤਕਵਾ ਸੈਣ ਦੇ ਪਾਸੇ ਦਾ ਜਿਹੜੀ ਆਦੀ ਆਈ ਆ ਵਾਰਿਸ ਭੇਜ ਦੇਵੇਂ ਵਤ ਕਾਇਮ ਨਾ ਢੇਰ ਬਿਲਹਿਰਾਵੇਂ ਅੱਲਾਹੁਮਾ ਸੱਲਿ ਅਲਾ ਮੁਹੰਮਦ ਵਾ ਆਲ ਮੁਹੰਮਦ ਆਜ਼ਾਨ ਦੇ ਬਾਦ ਨਮਾਜ਼ੀ ਸੈਯਦੋ ਹੁਸੈਨ ਦੀ ਰਾਜ਼ੀ ਰਾਮ ਨੇ ਬਈ ਸੋਹਣਾ ਇਸਤਕਬਾਲ ਕੀਤਾ ਵੇ ਮੇਰੇ ਬਾਦ ਉਸਤਾਦ ਮੋਹਤਰਮ ਮਿੰਬਰ 'ਤੇ ਮੌਜੂਦ ਨੇ
ਇਹਨਾਂ ਕੋਲ ਦੁਆਈ ਗਿਣਨੀ ਹੈ। ਮਾਲਿਕ ਇਹਨਾਂ ਦਾ ਸਾਇਆ ਸਾਡੇ ਸਰਾਂ 'ਤੇ ਕਾਇਮ ਉਦੈਮ ਫਰਮਾਵੇ। ਮਾਲਿਕ ਸਫ਼ਰ ਬੇਖਤਰ ਫਰਮਾਵੇ। ਬਹੁ ਦੁੱਖ ਦਿੱਠਣ ਅਲੀ ਦੀਆਂ ਦੀਆਂ ਬੱਲਾ ਉਹਨੇ ਛਲ ਆਪਣੇ ਕਿਸੇ ਗਮ ਵਿੱਚ ਨਾ ਹੋਣ। ਬਹੁ ਦੁੱਖ ਦਿੱਠਣ ਅਲੀ ਦੀਆਂ ਦੀਆਂ ਬਜ਼ੁਰਗ ਜ਼ਾਕਿਰਾਂ ਦੇ ਰਹਿੰਦੇ ਹਨ ਦੁੱਖ ਬਹੁ ਦਿੱਠਣ ਮਗਰ ਉਮਰ ਪੂਰੀ ਹੋਈ। ਹੁਸੈਨ ਦੀ 4 ਸਾਲ ਦੀ ਧੀ ਦੀ ਉਮਰ ਥੋੜ੍ਹੀ ਹੋਈ ਦੁੱਖ ਢੇਰ ਹੈ। ਕਿਹੜਾ ਕਿਹੜਾ ਦੁੱਖ ਦੇਣਾ ਜੀ ਬਾਬਾ ਨੌਕਰਾਂ, ਕਿਹੜਾ ਕਿਹੜਾ ਦੁੱਖ ਪੜੋ। ਬਾਜ਼ਾਰ ਸ਼ਾਮ ਵਿੱਚ ਬਿਰਾ ਤੇ ਜ਼ੇਵਰ ਚੁੰਮ ਕੇ ਆਦੀ ਆਈ ਸਜਾਦ ਹੁਣ ਮੈਂ ਥੱਕ ਗਿਆ। ਭਲਾ ਉਹਨੇ ਜਿਹੜੇ ਛੋਟੀ ਬਤੂਲ ਦੀ ਗੁਰਬਤ 'ਤੇ ਰਹਿੰਦੇ ਪਏ। ਸਜਾਦ ਹੁਣ ਮੈਂ ਥੱਕ ਪਈਆਂ ਬਿਰਾ ਦੇ ਜ਼ੇਵਰ ਚੁੰਮਕੇ ਆਦੀ ਆਈ ਸਜਾਦ ਸਾਰੇ ਰਾਹ ਮੈਂ ਤੇਰੇ ਨਾਲ ਸਫ਼ਰ ਕੀਤਾ। ਮਾਤਮੇ ਨਾਲ ਗੱਲ ਏ, ਸਾਰੇ ਰਾਹ ਮੈਂ ਤੇਰੇ ਨਾਲ ਸਫ਼ਰ ਕੀਤਾ। ਤੇਰੀ ਕਮਸਨ ਵੇਣਾ ਕੈਦਣ ਵੇਣਾ ਸਜਾਦ ਸਾਰੇ ਰਾਹ ਮੈਂ ਤੇਰੇ 'ਤੇ ਕੋਈ ਸਵਾਲ ਨਹੀਂ ਕੀਤਾ। ਭੇਣ ਹੋ ਕੇ ਮਿੰਨਤ ਕਰੇਂਦੀ ਹਾਂ ਹੁਣ ਜ਼ਾਲਿਮ ਨੂੰ ਆਖਨਾ ਮੈਨੂੰ ਉੱਥਾਂ ਨਾ ਮਾਰੇ ਜਿੱਥੋਂ ਮੇਰੀ ਰਾਤ ਨਹੀਂ ਰੁਕਦੀ। ਭਲਾ ਉਹਨੇ ਛਲ ਆਪਣੇ ਕਿਸੇ ਜੀ ਬਾਬਾ ਜੀ ਬਾਬਾ ਮਾਤਮ ਸੋਹਣਾ ਲੱਗਦਾ ਜਵਾਨਾਂ ਨੂੰ ਉੱਥਾਂ ਨਾ ਮਾਰੇ ਜਿੱਥੋਂ ਮੇਰੀ ਰਾਤ ਨਹੀਂ ਰੁਕਦੀ। ਬਹੁ ਰੋਵੇ ਹਾ ਜ਼ਿੰਦਾਨ ਵਿੱਚ ਬਾਬੇ ਕੋ, ਮੈਂ ਆਖੇ ਬਹੁ ਰੋਵੇ ਹਾ ਜ਼ਿੰਦਾਨ ਵਿੱਚ ਬਾਬੇ ਕੋ। ਬਾਬੇ ਦੇ ਨਾਂ 'ਤੇ ਵਹਿਣ ਕਰਿਆ ਰੋ ਰੋ ਕੇ ਆਖਿਆ ਸਜਾਦ ਮੈਂ ਉਜੜੀ ਕੋ ਬਾਬਾ ਮਿਲਾ। ਭਲਾ ਉਹਨੇ ਅੱਧੀ ਰਾਤ ਦਾ ਵੇਲਾ ਬਾਬੇ ਦੇ ਨਾਂ 'ਤੇ ਇਤਨੇ ਵਹਿਣ ਕੀਤੇ ਤਸ਼ਤੀ 'ਚੋਂ ਹੁਸੈਨ ਦਾ ਸਰ ਨਿਕਲੇ। ਲਫ਼ਜ਼ ਦੀ ਕਦਰ ਕਰਨੀ ਹੈ ਡੇਰੇ ਵਾਲਿਓ, ਤਸ਼ਤੀ 'ਚੋਂ ਹੁਸੈਨ ਦਾ ਸਰ ਨਿਕਲੇ। ਕਮਰੇ ਦੀ ਛੱਤ ਨਾਲ ਵਨ ਲੱਗੇ ਜ਼ਿੰਦਾਨ ਨਾਲ ਮੂੰਹ ਕਰਕੇ ਆਦਨ ਜ਼ੈਨਬ ਮੇਰੀ ਧੀ ਕਹਿ ਰੋਈ ਹੈ। ਭਲਾ ਉਹਨੇ ਛਲ ਆਪਣੇ ਕਿਸੇ ਗਮ ਵਿੱਚ ਨਾ ਰੋਵੋ। ਦਾ ਦੀ ਰਾਤ ਆਦਰੀਆਂ ਹਰ ਕੋਈ ਰੋਵੇ ਮੇਰੀ ਸਕੀਨਾ ਨਾ ਰੋਵੇ। ਛੋੜ ਦਿੱਤੇ ਸਾਰੇ ਜੁਮਲੇ ਬਾਬੇ ਦਾ ਸਰ ਤੈਰ ਨਾਮੀ ਸ਼ਖਸ ਚਾਹ ਕੇ ਜ਼ਿੰਦਾਨ ਦੇ ਦਰਵਾਜ਼ੇ 'ਤੇ ਆਏ ਸਜਾਦ ਬਾਬਾ ਮਿਲਣ ਆਏ। ਕੜੀਆਂ ਵਾਲੇ ਹੱਥ ਬਾਬੇ ਦਾ ਮਈਅਤ ਰੱਖਾ ਏ, ਕਟੀਆਂ ਹੋਈਆਂ ਰੱਗਾਂ ਤੇ ਬੋਸਾ ਦੇ ਕੇ ਆਦਨ ਬਾਬਾ ਅੱਖ ਖੋਲ ਮੈਨੂੰ ਦੇਖ ਮੈਂ ਕੈਦੀਆ। ਗਰੀਬ ਦੀ ਅੱਖ ਖੁੱਲੀਏ ਫਰਮੇਨ ਸਜਾਦ ਜਵਾਨੀ ਚ ਦਾੜੀ ਚਿੱਟੀ ਹੋ ਗਈ ਏ। ਪਿਓ ਦੀਆਂ ਕਟੀਆਂ ਹੋਈਆਂ ਰੱਗਾਂ ਤੇ ਬੋਸਾ ਦੇ ਕੇ ਆਦੇ ਬਾਬਾ ਤੇਰਾ ਜ਼ਰਬਾ ਨਾਲ ਕੁਛ ਵੰਜਣਾ ਸੌਖਾ ਏ। ਮਾਵਾਂ ਨਾਲ ਕਦੀ ਉਸ ਵਾਲ ਭਲਾ ਕਦੀ ਉਸ ਬਾਜ਼ਾਰ ਵੰਜਣਾ ਵਧੋਖਾ ਏ। ਇਹ ਮੰਜ਼ਰ ਦੀ ਡਿੱਠੇ ਇਵੇਂ ਆਈਏ ਜਿਵੇਂ ਜਿਕ ਦੋ ਪਾਣੀ ਆਉਂਦੇ। ਬੀਬੀ ਆਦੀ ਏ ਸਜਾਦ ਮੈਂ ਸਿੱਖਦੀ ਵਧੀਆਂ ਬਾਬੇ ਦਾ ਸਰ ਮੇਰੇ ਹੱਥਾਂ 'ਤੇ ਰੱਖ ਅੱਲਾ ਜਾਣੇ ਕਿਵੇਂ ਸੁਣ ਸੋ ਬਾਬੇ ਦਾ ਸਰ ਏ ਰੱਗਾਂ ਦੇ ਬੋਝ ਦੇ ਕੇ ਆਦੀ ਅੱਖ ਖੋਲ ਮੈਂ ਦੋ ਦੇਖ ਮੈਂ ਰੁੱਲ ਗਈ ਆ। ਆਦੀ ਏ ਬਾਬਾ ਸ਼ਾਮੀਆਂ ਦੀ ਆਂਦੀਆਂ ਰੇਸ਼ਮੀ ਲਿਬਾਸ ਪਹਿਨਦੀ ਹੈ ਮੈਂ ਦਊਆ ਲਿਬਾਸ ਜਿਹਦੇ ਦਾਮਨ ਗੁਬਾ। ਭਲਾ ਉਹਨੇ ਜੀ ਬਾਬਾ ਬਾਬਾ ਸ਼ਾਮੀਆਂ ਦੀ ਆਂਦੀਆਂ ਰੇਸ਼ਮੀ ਲਿਬਾਸ ਪਹਿਨਦੀ ਹੈ ਮੈਂ ਦਊਆ ਲਿਬਾਸ ਜਿਹਦੇ ਦਾਮਨ ਜੀ ਬਾਬਾ ਜੀ ਬਾਬਾ ਸ਼ਾਮੀਆਂ ਦੀ ਆਂਦੀਆਂ ਰੇਸ਼ਮੀ ਲਿਬਾਸ ਪਹਿਨਦੀ ਹੈ ਮੈਂ ਦਊਆ ਲਿਬਾਸ ਜਿਹਦੇ
ਕੁਭਾ ਲੱਗੀ ਹੋਈ ਹੈ, ਦੂਜਾ ਵੈਣੀ ਉਹ ਜਿਹਾ ਕੀਤਾ ਜੋ ਸ਼ਾਮ ਦੀ ਨਗਰੀ ਹਲ ਗਈ ਹੈ। ਆਦੀ ਹੈ ਬਾਬਾ ਜਿਹੜੀ ਕਰ ਬਲਾ ਜਾਗੀਰ ਖਰੀਦੀ ਆ ਵੀ ਉਹ ਕਹਿੰਦੇ ਨਾ ਕਰੀ ਗਈ ਸਿਆ ਦਾਦਾ ਅਕਬਰ ਦੇ ਨਾ। ਆਦੀ ਹੈ ਬਾਬਾ ਬੀਣੀ ਗੁਬੀਰਾਵਾਂ ਦੀਆਂ ਜਾਗੀਰਾਂ ਦੇ ਮਾਣ ਤਾਂ ਹੁੰਦੇ ਨਾ ਸਿਆ ਦਾਦਾ ਕੋਈ ਸ਼ੱਕ ਨਹੀਂ। ਆਦੀ ਸੁਣਨਾ ਚਾਹੁੰਦੇ ਹੋ ਉਸਤਾਦ ਹੋਣਾ ਤੂੰ ਦੁਆ ਗਿਰਣੀ ਹੈ। ਮੁੱਦਤ ਦੇ ਬਾਅਦ ਸ਼ਾਮ ਦਾ ਵਸਦਾ ਆਲਮ ਹੈ ਨਾ ਇਬਰਾਹੀਮ ਹੈ। ਇਹਨਾਂ ਜਵਾਨਾਂ ਇਹ ਵਹਿਣ ਬਰਦਾਸ਼ਤ ਨਹੀਂ ਕਰਨਾ। ਉਹਦੀਆਂ ਧੀਆਂ ਨੂੰ ਹੁਸੈਨ ਦੇ ਸੀਨੇ ਦਾ ਤਾਵੀਜ਼ ਖਾਬ ਵਿੱਚ ਮਿਲੇ। ਮੇਰੀ ਕਬਰ ਹੈ ਝੀਕੀ ਜਾਤ
ਬਾਰਿਸ਼ ਦਾ ਪਾਣੀ ਆਉਂਦਾ, ਮੈਨੂੰ ਚੰਗਾ ਨਹੀਂ ਲੱਗਦਾ, ਮੈਂ ਤਸੇ ਦੀ ਧੀ ਹਾਂ। ਬੱਲਾ ਉਹਨੇ ਚਾਰ ਉਲਮਾਵਾਂ ਦੀ ਮੌਜੂਦਗੀ ਵਿੱਚ ਸੈਯਦਜ਼ਾਦੀਆਂ ਕਬਰ ਵਿੱਚ ਲੱਥੀਆਂ। ਜਦੋਂ ਵਾਪਸ ਵਲੀਆਂ, ਪਿਓ ਪੁੱਛੇ ਹੁਸੈਨ ਦੀ ਧੀ ਕਫਨ ਪਾਤੀ ਪਈ ਹੈ, ਰੋ ਕੇ ਆਦੀ ਤੂੰ ਕਫਨ ਦਾ ਪੁੱਛਦਾ ਹੈ ਬਾਬਾ, ਅਸਾਂ ਡਿਠੀਆਂ ਬਹੁ ਬੇਵਸੀਆਂ ਹੀ ਨ, ਜਿਹੜੀ ਛੋਟੀ ਕਹਿ ਦੇਣ ਭੁੱਲ ਗਈ ਆਈ, ਉਹਦੇ ਗੱਲ ਵਿੱਚ ਹੁਣ ਵੀਰ ਭਲਾ ਨੇ ਜਿਹੜੀ ਛੋਟੀ ਕਹਿ ਦੇਣ ਭੁੱਲ ਗਈ ਆਈ, ਸਾਰੇ ਅਜ਼ਾਦਾਰ ਸਰਦ ਮਾਤਮ ਜਿਹੜੀ ਛੋਟੀ ਕਹਿ ਦੇਣ ਭੁੱਲ ਗਈ ਆਈ, ਉਹਦੇ ਰਸੀਆਂ ਨਹੀਂ ਲਾਈਆਂ ਆਦਿਨ ਬਾਬਾ ਸਰ, ਰਸੀਆਂ ਨੂੰ ਹੱਥ ਲਾਏ ਬੱਚੀ ਦਾ ਮਈਆ ਤਾਂ ਹਲ ਗਈ ਹੈ, ਤੇ ਹੌਲੇ ਹੌਲੇ ਆਵਾਜ਼ ਆਈ ਹੈ, ਨਾ ਰਸੀਆਂ ਖੋਲੇ ਭੇਣ ਮੈਦੀ, ਓ ਮੈਂ ਚਾਚੇ ਕੋ ਲਿਖ ਲੈ ਸਾਮੇ ਜਾਏ ਰਾ ਸਾਰੇ ਵਿੱਚ ਮਾਲ ਮਾਲ, ਇਹ ਬਣੀ ਆਈ ਕਰਬਲਾ, ਇਹ ਬਣੀ ਆਈ ਕਰਬਲਾ, ਹੌਸਲਾ ਜਵਾਨ ਹੌਸਲਾ ਮੇਰਾ ਵੀਰ ਹੌਸਲਾ, ਨਾ ਚਿਹਰੇ ਤੇ ਦਾਗ ਕਿਉਂ ਹਨ, ਸਾਗੂ ਆਦੀ ਆਈ